ਅਸਲਾਮ ਵਾਲੇਕੁਮ ਵੀਰੋ, ਕੀ ਹਾਲ ਚਾਲ ਹੈ? ਵੀਰੋ, ਸਭ ਤੋਂ ਪਹਿਲੇ ਸਿੱਖ ਵੀਰਾਂ ਨੂੰ ਬਹੁਤ ਵਧਾਈਆਂ ਹੋਣ ਕਿ ਕੰਗਣਾ ਰਣਾਵਤ ਦੀ ਜਿਹੜੀ ਫਿਲਮ ਸੀ ਐਮਰਜੈਂਸੀ, ਉਹ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਕੰਗਣਾ ਰਣਾਵਤ ਖੁਦ ਇਹਦੀ ਵਜ੍ਹਾ ਦੱਸ ਰਹੀ ਹੈ। ਅੱਜ ਦੀ ਵੀਡੀਓ ਵਿੱਚ ਇਸ ਦੇ ਬਾਰੇ ਜਾਣਾਂਗੇ, ਸੋ ਚੱਲ ਕੇ ਵੀਡੀਓ ਦੇਖਦੇ ਹਾਂ, ਇਸ ਦੇ ਬਾਰੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਇੱਕ ਵੱਡਾ ਝਟਕਾ ਲੱਗ ਗਿਆ ਹੈ। ਸਿੱਖਾਂ ਦੇ ਬਾਰੇ, ਪੰਜਾਬ ਦੇ ਬਾਰੇ ਅਤੇ ਕਿਸਾਨਾਂ ਦੇ ਬਾਰੇ ਕੁਝ ਅਜਿਹੀਆਂ ਟਿੱਪਣੀਆਂ ਕੰਗਣਾ ਨੇ ਕਰ ਦਿੱਤੀਆਂ ਜਿਨ੍ਹਾਂ ਨੂੰ ਲੈ ਕੇ ਵਿਵਾਦ ਹੋ ਗਿਆ ਸੀ। 6 ਸਤੰਬਰ ਨੂੰ ਐਮਰਜੈਂਸੀ ਫਿਲਮ ਕੰਗਣਾ ਰਣੌਤ ਦੀ ਰਿਲੀਜ਼ ਹੋਣ ਜਾ ਰਹੀ ਸੀ, ਜਿਸ ਨੂੰ ਲੈ ਕੇ ਕੰਗਣਾ ਰਣੌਤ ਦੇ ਵੱਲੋਂ ਆਪ ਹੀ ਝਟਕੇ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕੰਗਣਾ ਰਣੌਤ ਨੇ ਇੱਕ ਵੀਡੀਓ ਟਵੀਟ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਜੋ ਮੇਰੀ ਫਿਲਮ ਨੂੰ ਲੈ ਕੇ ਵਿਵਾਦ ਹੋਇਆ, ਉਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਮੇਰੀ ਫਿਲਮ ਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾ ਰਿਹਾ, ਸਰਟੀਫਿਕੇਟ ਰੋਕ ਲਿਆ ਗਿਆ ਹੈ। ਸਭ ਤੋਂ ਪਹਿਲਾਂ ਤੁਹਾਨੂੰ ਕੰਗਣਾ ਰਣੌਤ ਦਾ ਇਹ ਬਿਆਨ ਸੁਣਾ ਦਿੰਦੇ ਹਾਂ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਰੱਜ ਕੇ ਪੜਾਸ ਕੱਢੀ ਗਈ ਹੈ। ਕਈ ਤਰ੍ਹਾਂ ਕੀ ਅਫਵਾਹ ਉੱਡ ਰਹੀ ਹੈ ਕਿ ਹਮਾਰੀ ਫਿਲਮ ਐਮਰਜੈਂਸੀ ਕੋ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ। ਇਟ ਇਜ਼ ਨਾਟ ਟਰੂ। ਇਨਫੈਕਟ ਹਮੇਂ ਹਮਾਰੀ ਫਿਲਮ ਕਲੀਅਰ ਹੋ ਗਈ ਥੀ, ਲੇਕਿਨ ਉਸਕੀ ਸਰਟੀਫਿਕੇਸ਼ਨ ਰੋਕ ਲੀ ਗਈ ਹੈ, ਕਿਉਂਕਿ ਬਹੁਤ ਜ਼ਿਆਦਾ ਧਮਕੀਆਂ ਆ ਰਹੀ ਹੈ ਜਾਨ ਸੇ ਮਾਰ ਦੇਣੇ ਕੀ, ਔਰ ਸੈਂਸਰ ਵਾਲੋਂ ਕੋ ਬਹੁਤ ਜ਼ਿਆਦਾ ਧਮਕੀਆਂ ਆ ਰਹੀ ਹੈ। ਤੋ ਹਮੇ ਹਮ ਪੇ ਯੇ ਪ੍ਰੈਸ਼ਰ ਹੈ ਕਿ ਮਿਸਿਸ ਗਾਂਧੀ ਕੇ ਅਸੈਸੀਨੇਸ਼ਨ ਨਾ ਦਿਖਾਏ, ਬਿੰਦਨ ਵਾਲਾ ਕੋ ਨਾ ਦਿਖਾਏ, ਪੰਜਾਬ ਰਾਈਟਸ ਨਾ ਦਿਖਾਏ। ਆਈ ਡੋਂਟ ਨੋ ਕਿ ਫਿਰ ਕਿਆ ਦਿਖਾਏ, ਕਿ ਕਿਆ ਹੁਆ ਕਿ ਫਿਲਮ ਅਚਾਨਕ ਸੇ ਬਲੈਕਆਊਟ ਹੋ ਜਾਤੀ ਹੈ। ਸੋ ਦਿਸ ਇਜ਼ ਅਨਬਿਲੀਵੇਬਲ ਟਾਈਮ ਫੋਰ ਮੀ ਐਂਡ ਆਈ ਐਮ ਵੈਰੀ ਸੋਰੀ ਫੋਰ ਦ ਸਟੇਟ ਆਫ ਥਿੰਗਸ ਇਨ ਦਿਸ ਕੰਟਰੀ। ਕੰਗਣਾ ਰਣੌਤ ਦੀ ਇਸ ਵੀਡੀਓ ਤੋਂ ਪਹਿਲਾਂ ਸਿਰਫ ਇਹ ਚਰਚਾਵਾਂ ਹੀ ਸਨ ਕਿ ਸੈਂਸਰ ਬੋਰਡ ਦੇ ਵੱਲੋਂ ਵੀ ਐਮਰਜੈਂਸੀ ਫਿਲਮ ਨੂੰ ਲੈ ਕੇ ਕੋਈ ਨਾ ਕੋਈ ਐਕਸ਼ਨ ਲਿਆ ਜਾ ਸਕਦਾ ਹੈ, ਪਰ ਖਬਰਾਂ ਇਹ ਆਈਆਂ ਸਨ ਕਿ ਸੈਂਸਰ ਬੋਰਡ ਨੇ ਤਾਂ ਫਿਲਮ ਨੂੰ ਮਨਜ਼ੂਰੀ ਦੇ ਦਿੱਤੀ ਹੈ, ਬਸ ਸਰਟੀਫਿਕੇਟ ਹੀ ਜਾਰੀ ਹੋਣਾ ਬਾਕੀ ਹੈ। ਪਰ ਕੰਗਣਾ ਨੇ ਆਖਿਆ ਕਿ ਜੋ ਸਰਟੀਫਿਕੇਟ ਰਹਿੰਦਾ ਸੀ, ਮਨਜ਼ੂਰੀ ਮਿਲਣ ਤੋਂ ਬਾਅਦ ਜੋ ਸਰਟੀਫਿਕੇਟ ਮਿਲਣਾ ਸੀ ਸੈਂਸਰ ਬੋਰਡ ਦੇ ਵੱਲੋਂ, ਉਸੇ 'ਤੇ ਹੀ ਰੋਕ ਲਾ ਦਿੱਤੀ ਗਈ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਸੀਨ ਮੈਨੂੰ ਫਿਲਮ ਦੇ ਵਿੱਚੋਂ ਕੱਟਣ ਲਈ ਸੈਂਸਰ ਬੋਰਡ ਦੇ ਵੱਲੋਂ ਆਖਿਆ ਜਾ ਰਿਹਾ ਹੈ। ਸੈਂਸਰ ਬੋਰਡ ਨੇ ਤਾਂ ਸਰਟੀਫਿਕੇਟ ਜਾਰੀ ਕਰਨ ਤੇ ਰੋਕ ਲਾ ਦਿੱਤੀ ਹੈ, ਪਰ ਪੰਜਾਬ ਸਰਕਾਰ ਵੀ ਇਸ ਮਸਲੇ ਤੇ ਤਿਆਰੀਆਂ ਖਿੱਚਦੀ ਨਜ਼ਰ ਆ ਰਹੀ ਹੈ। ਸੰਸਦ ਮੈਂਬਰ ਸੰਗਰੂਰ ਤੋਂ ਸੰਸਦ ਮੈਂਬਰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਉਹ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ। ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਬਾਰੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਮੀਤ ਹੇਅਰ ਨੇ ਆਖਿਆ, ਵਿਚਾਰ ਕਰਾਂਗੇ, ਜੇਕਰ ਕੁਝ ਗਲਤ ਪਾਇਆ ਗਿਆ ਤਾਂ ਪੰਜਾਬ ਦੇ ਵਿੱਚ ਇਹ ਫਿਲਮ ਬੈਨ ਕੀਤੀ ਜਾ ਸਕਦੀ ਹੈ। ਦੇਖੋ ਜੀ, ਸਾਨੂੰ ਜੋ ਪੰਜਾਬੀ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਜਿਹੜੀ ਉਹ ਕਦਰ ਹੈ, ਪਰ ਮੈਨੂੰ ਪਤਾ ਨਹੀਂ ਕਿ ਉਹ ਮੂਵੀ ਦੇ ਵਿੱਚ ਕੀ ਹੈ, ਕੀ ਇੱਦਾਂ ਦੇ ਸੀਨ ਹੈ। ਨਾ ਤਾਂ ਉਹ ਜਿਹੜੀ ਮੂਵੀ ਹੈ ਉਹ ਮੈਂ ਦੇਖੀ ਹੈ ਹਜੇ, ਨਾ ਹੀ ਮੈਨੂੰ ਲੱਗਦਾ ਵੀ ਕਿਸੇ ਨੇ ਦੇਖੀ ਹੈ। ਪਰ ਜੇ ਵੀ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਇੱਦਾਂ ਦੇ ਕੋਈ ਸੀਨ ਹੋਏ, ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣ ਵਾਲੇ ਸੀਨ ਹੋਏ, ਤਾਂ ਜ਼ਰੂਰ ਇਹਦੇ 'ਤੇ ਵਿਚਾਰ ਕਰਕੇ ਜਿਹੜਾ ਬੈਨ ਹੈ ਉਹ ਕੀਤਾ ਜਾਊਗਾ। ਜੇਕਰ ਹੁਣ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਵੱਲੋਂ ਬੁਲਾਰੇ ਨੀਲ ਗਰਗ ਦੀ ਮੌਜੂਦਗੀ ਦੇ ਵਿੱਚ ਇੰਨੀ ਗੱਲ ਆਖ ਦਿੱਤੀ ਗਈ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਜੇਕਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਮਨਜ਼ੂਰੀ ਮਿਲ ਵੀ ਜਾਂਦੀ ਹੈ, ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਜਾਰੀ ਕਰ ਵੀ ਦਿੱਤਾ ਜਾਂਦਾ ਹੈ, ਤਾਂ ਵੀ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਬੈਨ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ, ਪੰਜਾਬ ਦੀ ਮਾਣ ਸਰਕਾਰ ਇਹ ਵੱਡਾ ਕਦਮ ਚੁੱਕ ਸਕਦੀ ਹੈ, ਕਿਉਂਕਿ ਪੰਜਾਬ ਦੀਆਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਨ, ਭਾਵੇਂ ਉਹ ਭਾਜਪਾ ਹੀ ਕਿਉਂ ਨਾ ਹੋਵੇ,
ਉਸ ਦੇ ਵੱਲੋਂ ਵੀ ਕੰਗਣਾ ਰਣੌਤ ਦੇ ਇਹਨਾਂ ਟਿੱਪਣੀਆਂ ਦੀ ਬਿਆਨਾਂ ਦੀ ਅਤੇ ਫਿਲਮ ਦੀ ਵਿਰੋਧਤਾ ਕੀਤੀ ਜਾ ਰਹੀ ਹੈ। ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ, ਉਹਨਾਂ ਤੋਂ ਕੰਗਣਾ ਰਣੌਤ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਰੱਜ ਕੇ ਭੜਾਸ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕੱਢ ਦਿੱਤੀ। ਕੀ ਕੁਝ ਆਖਿਆ ਸੁਣਾ ਦਿੰਦੇ ਹਾਂ। ਉਹ ਬੀਬੀ ਬਾਰੇ ਜਿੰਨਾ ਘੱਟ ਬੋਲਿਆ ਜਾਏ ਚੰਗਾ ਹੈਗਾ। ਭਾਜਪਾ ਨੇ ਇਹੋ ਜਿਹੀ ਬੀਬੀ ਨੂੰ ਜੇ ਪਹਿਲੀ ਕੰਟਰੋਵਰਸ਼ਲ ਸੀਗੀ ਤੇ ਅੱਜ ਵੀ ਜਿਹੋ ਜਿਹੀ ਮਾੜੀ ਗੰਦੀ ਚੀਜ਼ਾਂ, ਮੈਂ ਤਾਂ ਕਹਿੰਦੀ ਇਹਦੀ ਹੋਈ ਬੁੱਧੀ ਭ੍ਰਿਸ਼ਟ ਹੋ ਜਾਏ, ਦੂਜਿਆਂ ਨੂੰ ਕਹਿ ਰਹੀ ਹੈ ਬਾਹਰ 'ਚ ਤੇ ਇਹਦੀ ਬੁੱਧੀ 'ਚ ਚਲੀ ਗਈ ਹੈ। ਜਿਹੜੇ ਲੋਕਾਂ ਨੂੰ ਇਕੱਠੇ ਕਰਨ ਦੇ ਬਜਾਏ ਵੰਡੀਆਂ ਪਾਉਣ ਦੀ ਗੱਲ ਕਰਦੀ ਹੈ, ਬਿਲਕੁਲ ਝੂਠੇ ਬੇਬੁਨਿਆਦ। ਜਿੰਨਾ ਇਹਨੂੰ ਇਹਦੀ ਨਿਖਿਧੀ ਕੀਤੀ ਜਾਏ ਮੈਨੂੰ ਲੱਗਦਾ ਘੱਟ ਹੈ, ਲੇਕਿਨ ਦੂਜੀ ਬੀਬੀ ਦੇ ਬਾਰੇ ਬੋਲਦੇ ਹੋਏ ਮੈਨੂੰ ਦੁੱਖ ਲੱਗਦਾ। ਮੈਂ ਤਾਂ ਕਹਿੰਦੀ ਭਾਜਪਾ ਇਹਨੂੰ ਅੱਜ ਤਾਈਂ ਇਹਦੇ ਖਿਲਾਫ਼ ਐਕਸ਼ਨ ਕਿਉਂ ਨਹੀਂ ਲਿੱਤਾ? ਇਕੱਲੇ ਇੱਕ ਚਿੱਠੀ ਲਿਖਣ ਦੇ ਨਾਲ ਫਟਕਾਰ ਕੀ? ਇਹਦੇ ਖਿਲਾਫ਼ ਐਕਸ਼ਨ ਲਓ, ਇਹਨੂੰ ਕੱਢੋ, ਇਹਨੂੰ ਸਸਪੈਂਡ ਕਰੋ। ਜਿਹੜੀ ਸਮਾਜ ਦੇ ਵਿੱਚ ਵੰਡੀਆਂ ਪਾ ਰਹੀ ਹੈ ਇਹ ਨਹੀਂ ਝੂਠੀ ਗੰਦੀ ਗੱਲਾਂ ਕਹਿ ਰਹੀ ਹੈਗੀ ਅਤੇ ਭਾਜਪਾ ਮੂੰਹ 'ਤੇ ਤਾਲੇ ਲਾਈ ਬੈਠੀ ਹੈ। ਆਹ ਬੇਟੀ ਪੜ੍ਹਾਓ ਬੇਟੀ ਬਚਾਓ, ਇਹੋ ਜਿਹੀ ਬੇਟੀਆਂ ਵਾਸਤੇ ਜਿਹੜਾ ਜਿਹੜੀ ਸਹੁੰ ਤਾਂ ਚੱਕਦੀ ਹੈ ਮੈਂਬਰ ਆਫ ਪਾਰਲੀਮੈਂਟ ਕੀ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ, ਅਤੇ ਫਿਰ ਸਹੁੰ ਚੱਕਣ ਤੋਂ ਬਾਅਦ ਮੂੰਹ ਤੋਂ ਗੱਲਾਂ ਇਹੋ ਜਿਹੀ ਲੱਗਦੀ ਜਿਹਦੇ ਨਾਲ ਜਿਹੜੀ ਗੱਲਾਂ ਦੇ ਨਾਲ ਵੰਡੀਆਂ ਪੈਂਦੀਆਂ ਨੇ ਤੇ ਕਿਸੇ ਨੂੰ ਠੇਸ ਪਹੁੰਚਦੀ ਹੈ। ਬਹੁਤ ਦੁੱਖ ਦੀ ਗੱਲ ਹੈ ਤਾਂ ਮੈਂ ਸਖਤ ਸ਼ਬਦਾਂ ਤੇ ਨਿੰਦਾ ਕਰਦੀ ਹਾਂ। ਅਕਾਲੀ ਦਲ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੰਗਣਾ ਰਣੌਤ ਦੇ ਖਿਲਾਫ ਕਾਫੀ ਵੱਡੇ ਵੱਡੇ ਐਕਸ਼ਨ ਲੈ ਚੁੱਕੀ ਹੈ। ਮੀਡੀਆ ਹਾਊਸ ਜੀ ਸਟੂਡੀਓ ਨੂੰ ਵੀ ਨੋਟਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਜਿਹੜੇ ਐਮਰਜੈਂਸੀ ਫਿਲਮ ਦੇ ਨਿਰਮਾਤਾ ਹਨ ਉਹਨਾਂ ਨੂੰ ਵੀ ਕਾਨੂੰਨੀ ਨੋਟਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਭੇਜ ਦਿੱਤੇ ਗਏ ਨੇ। ਗੱਲ ਜੇਕਰ ਕਰੀਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਤਾਂ ਉਹ ਆਖਦੇ ਨੇ ਸਿੱਖਾਂ ਦੇ ਖਿਲਾਫ ਬੜੇ ਲੰਮੇ ਸਮੇਂ ਤੋਂ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਅਤੇ ਇਹ ਫਿਲਮ ਵੀ ਉਸੇ ਹੀ ਕੜੀ ਦੇ ਵਿੱਚ ਆਈ ਹੈ। ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ। ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ, ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ ਅਪਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ। ਕਿਤੇ ਨਾ ਕਿਤੇ ਜਿਹੜੀ ਫਿਲਮ ਬਣੀ ਹੈ ਐਮਰਜੈਂਸੀ, ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਹ ਲਾਉਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਂਦੀ ਹੈ। ਇਹਦੇ ਲਈ ਜ਼ਿੰਮੇਵਾਰ ਫਿਲਮ ਨਿਰਮਾਤਾ, ਫਿਲਮ ਅਭਿਨੇਤਾ ਅਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ। ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਵੱਲੋਂ ਵੀ ਇਸ ਫਿਲਮ ਨੂੰ ਲੈ ਕੇ ਅਤੇ ਟਿੱਪਣੀਆਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਸੀ ਅਤੇ ਉਹਨਾਂ ਨੇ ਵੀ ਇਸ ਫਿਲਮ ਦੀ ਵਿਰੋਧਤਾ ਕੀਤੀ ਸੀ, ਬਿਆਨ ਦਰਜ ਕਰਵਾਇਆ ਸੀ। ਉਹਨਾਂ ਨੇ ਮੀਡੀਆ ਦੇ ਵਿੱਚ ਇਹ ਬਿਆਨ ਜਾਰੀ ਕੀਤਾ ਸੀ। ਉਸ ਤੋਂ ਬਾਅਦ ਹੀ ਇਹ ਰੌਲਾ ਜ਼ਿਆਦਾ ਵੱਧ ਗਿਆ ਸੀ ਕਿ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੀ ਜੋ ਦਿੱਲੀ ਇਕਾਈ ਹੈ ਉਸਦੇ ਵੱਲੋਂ ਸੈਂਸਰ ਬੋਰਡ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ। ਪਰਮਜੀਤ ਸਿੰਘ ਸਰਨਾ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਖਬਰ ਵੀ ਸਾਂਝੀ ਕੀਤੀ ਹੈ ਕਿ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਵੱਲੋਂ ਸੈਂਸਰ ਬੋਰਡ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਕਿ ਅਜਿਹੀ ਫਿਲਮ ਨੂੰ ਮਨਜ਼ੂਰੀ ਕਿਵੇਂ ਦਿੱਤੀ ਜਾ ਸਕਦੀ ਹੈ ਜਿਸ ਦੇ ਵੱਲੋਂ ਸਮਾਜ ਨੂੰ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੋਵੇ, ਧਰਮਾਂ ਦੇ ਵਿੱਚ ਵੰਡੀਆਂ ਪਾਉਣ ਦਾ ਕੰਮ ਜਿਸ ਫਿਲਮ ਦੇ ਵੱਲੋਂ ਕੀਤਾ ਜਾ ਰਿਹਾ ਹੋਵੇ ਉਸ ਨੂੰ ਮਨਜ਼ੂਰੀ ਕਿਵੇਂ ਮਿਲ ਸਕਦੀ ਹੈ? ਨੋਟਿਸਾਂ 'ਤੇ ਨੋਟਿਸ, ਇੱਥੋਂ ਤੱਕ ਕਿ ਪੰਜਾਬ ਅਤੇ ਹਰਿਆਣਾ
ਹਾਈ ਕੋਰਟ ਦੇ ਵਿੱਚ ਵੀ ਇਹ ਪਟੀਸ਼ਨ ਪੈ ਗਈ ਹੈ ਕਿ ਕੰਗਣਾ ਰਣੌਤ ਦੀ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਹੈ, ਇਸ 'ਤੇ ਰੋਕ ਲੱਗਣੀ ਚਾਹੀਦੀ ਹੈ। ਰੋਸ ਪ੍ਰਦਰਸ਼ਨ ਜ਼ਮੀਨੀ ਪੱਧਰ 'ਤੇ ਉਹ ਵੀ ਲਗਾਤਾਰ ਹੋ ਰਹੇ ਨੇ। ਬੀਤੇ ਦਿਨੀ ਬਠਿੰਡਾ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਵਿੱਚ ਕੰਗਣਾ ਰਣੌਤ ਦੀ ਫਿਲਮ ਦੇ ਪੋਸਟਰ ਪਾੜੇ ਗਏ। ਇਹਨਾਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਖਿਆ, ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਨੂੰ ਮਨਜ਼ੂਰੀ ਤਾਂ ਸੈਂਸਰ ਬੋਰਡ ਦੇ ਵੱਲੋਂ ਦਿੱਤੀ ਨਹੀਂ ਜਾ ਰਹੀ, ਕੱਟ 'ਤੇ ਕੱਟ ਲਾਇਆ ਜਾ ਰਿਹਾ ਹੈ, ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ, ਤਾਂ ਐਮਰਜੈਂਸੀ ਵਰਗੀ ਫਿਲਮ ਨੂੰ ਮਨਜ਼ੂਰੀ ਉਸੇ ਵੇਲੇ ਕਿਵੇਂ ਦੇ ਦਿੱਤੀ ਗਈ ਹੈ? ਇਹ ਬਿਲਕੁਲ ਗਲਤ ਕੀਤਾ ਗਿਆ ਹੈ। ਜ਼ਮੀਨੀ ਪੱਧਰ 'ਤੇ ਵੀ ਵਿਰੋਧ ਹੋ ਰਿਹਾ, ਰੋਸ ਪ੍ਰਦਰਸ਼ਨ ਹੋ ਰਹੇ ਨੇ, ਕਾਨੂੰਨੀ ਨੋਟਿਸ ਵੀ ਭੇਜੇ ਜਾ ਰਹੇ ਨੇ, ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪੈ ਗਈ ਹੈ, ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਵੀ ਰੋਕ ਲਿਆ ਗਿਆ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਾਰੇ ਪਾਸਿਆਂ ਤੋਂ ਕੰਗਣਾ ਰਣੌਤ ਨੂੰ ਝਟਕੇ 'ਤੇ ਝਟਕਾ ਲੱਗ ਰਿਹਾ ਹੈ, ਅਤੇ ਸਭ ਦੇ ਵਿੱਚ ਉਹਨਾਂ ਦੀ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੀ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਖੜੀ ਹੈ। ਰਾਏ, ਇੱਥੇ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਹਾਂ, ਇਹ ਜੋ ਸੈਂਸਰ ਬੋਰਡ ਨੇ ਕਦਮ ਚੁੱਕਿਆ ਹੈ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਜੋ ਸਰਟੀਫਿਕੇਟ ਰੋਕਿਆ ਹੈ, ਇਸ ਫੈਸਲੇ ਦੇ ਬਾਰੇ, ਕਦਮ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ, ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਹਰ ਖਬਰ ਦਾ ਸੱਚ। ਦੋਸਤੋ, ਸਭ ਤੋਂ ਪਹਿਲੇ ਤਾਂ ਸਿੱਖ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈਆਂ ਹੋਣ ਕਿ ਕੰਗਣਾ ਰਣਾਵਤ ਦੀ ਫਿਲਮ ਜਿਹਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੋ ਰਿਹਾ ਸੀ, ਕੰਗਣਾ ਰਣਾਵਤ ਵੀ ਟਿੱਪਣੀਆਂ ਕਰ ਰਹੀ ਸੀ, ਸਿੱਖਾਂ ਦੇ ਜਜ਼ਬਾਤ, ਸਿੱਖਾਂ ਦੇ ਹੀਰੋ ਸੰਤ ਜਰਨੈਲ ਭਿੰਡਰਾਂਵਾਲੇ, ਉਹਨਾਂ ਦੀ ਮਾੜੀ ਛਵੀ, ਨੀਵੀਂ ਛਵੀ ਦਿਖਾਈ ਗਈ ਸੀ, ਉਹ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਵੈ। ਇਹ ਤੁਸੀਂ ਖੁਦ ਕੰਗਣਾ ਰਣਾਵਤ ਦੇ ਬਿਆਨ ਤੋਂ ਸੁਣ ਲਿਆ ਵੈ, ਖੁਦ ਲਾਈਵ ਆਣ ਕੇ ਕੰਗਣਾ ਰਣਾਵਤ ਦੱਸਿਆ ਵੈ ਉਹਦੀ ਫਿਲਮ ਬੈਨ ਕਰ ਦਿੱਤੀ ਗਈ ਹੈ, ਕਿਉਂਕਿ ਵੀਰੋ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਸੀ। ਬਲਕਿ ਇੱਕ ਜਥੇਬੰਦੀ ਨੇ ਐਲਾਨ ਕੀਤਾ ਸੀ ਕਿ ਅਗਰ ਇਹ ਫਿਲਮ ਰਿਲੀਜ਼ ਹੋਈ ਤਾਂ ਅਸੀਂ ਕੰਗਣਾ ਰਣਾਵਤ ਨੂੰ ਜਿਹੜਾ ਸੈਂਸਰ ਬੋਰਡ ਆ ਉਹਨੂੰ ਸੋਧਾ ਲਾ ਦਿਆਂਗੇ। ਵੀਰੋ, ਇਹ ਇੱਕ ਬੜਾ ਵੱਡਾ ਤੁਸੀਂ ਕਹਿ ਲਓ ਕਿ ਇਹ ਇੱਕ ਸਬਕ ਹੈਗਾ ਵੈ ਕੰਗਣਾ ਵਾਸਤੇ ਵੀ, ਦੂਸਰਿਆਂ ਵਾਸਤੇ ਵੀ, ਅਤੇ ਸਿੱਖ ਪੰਥ ਵਾਸਤੇ ਵੀ, ਕਿ ਅਗਰ ਉਹ ਇੱਕਜੁੱਟ ਹੋ ਕੇ ਰਹਿਣਗੇ, ਇੱਕਜੁੱਟ ਹੋ ਕੇ ਕੰਮ ਕਰਨਗੇ, ਅਤੇ ਫਿਰ ਵੀਰੋ ਕਿਸੇ ਵੀ ਮੁੱਦੇ 'ਤੇ ਕਾਮਯਾਬੀ ਨੂੰ ਕੋਈ ਨਹੀਂ ਰੋਕ ਸਕਦਾ। ਅਤੇ ਇਸ ਕਰਕੇ ਵੀਰੋ ਸਿੱਖ ਪੰਥ ਨੂੰ ਚਾਹੀਦਾ ਕਿ ਆਪਣੇ ਜਿਹੜੇ ਅਖਤਲਾਫਾਤ ਹੈ ਉਹਨੂੰ ਖਤਮ ਕਰੇ, ਇੱਕਜੁੱਟ ਹੋ ਕੇ ਹਰ ਮੁੱਦੇ 'ਤੇ ਆਪਣੇ ਮੁਤਾਲਬਾ ਰੱਖਣ, ਅਤੇ ਉਹਦੇ ਮੁਤਾਲਬਾ ਜ਼ਰੂਰ ਮੰਗੇ ਜਾਣਗੇ। ਵੀਰੋ, ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ? ਕਮੈਂਟ ਕਰਕੇ ਆਪਣੀ ਰਾਏ ਦਾ ਹੱਲ ਲਾਜ਼ਮੀ ਕਰਨਾ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।